ਉਹ ਮਸਲੇ ਤੇ ਉਹ ਸਾਡੇ ਨਾਲ ਮਤਲਬ ਇਹ ਆ ਨੌ ਮਾਰ ਦਾ ਰਿਸ਼ਤੇ ਵਾਂਗੂ ਹੈਗਾ ਡੈਮੋਕ੍ਰੇਸੀ ਹੈਗੀ ਆ ਹੁਣ ਤੁਸੀਂ ਪ੍ਰੈਸ ਹੋ ਤੁਹਾਡੇ ਤੋਂ ਮਾਈਕ ਖੋਲ ਲਿਆ ਜੇ ਤੋੜ ਦਿੱਤਾ ਜਾਵੇ ਤਾਂ ਤੁਸੀਂ ਵੀ ਤਾਂ ਇਕੱਠੇ ਹੋ ਕੇ ਜਾਂਦੇ ਹੋ ਫਸਲਾਂ ਦੇ ਵਿੱਚ ਰੋਟੀਆਂ ਸਾਡੀ ਪੱਤੇ ਆ ਜਿਹੜੇ ਸਾਡੇ ਹੱਥ ਚਾਰ ਪੈਣ ਆਏ ਨੇ ਇੱਕ ਆਪਣੇ ਹੱਕ ਮੰਗਦੇ ਨੇ ਨਾ ਅਸੀਂ ਕਿਸੇ ਦਾ ਕੋਈ ਨੁਕਸਾਨ ਕਰਦੇ ਹਾਂ ਨਾ ਕਿਸੇ ਨੂੰ ਕੋਈ ਕਿਤੇ ਕੋਈ ਹਰਟ ਕਰਨ ਦੀ ਕੋਸ਼ਿਸ਼ ਕੀਤੀ ਆਪਣੀਆਂ ਚਾਰ ਗੱਲਾਂ ਨੇ ਚਾਰ ਗੱਲਾਂ ਰੱਖਦੇ ਹਾਂ ਆਪਣੇ ਹੱਕ ਮੰਗਦੇ ਆ ਸਮਝਣ ਜੇ ਵੀ ਸਾਡੇ ਹੱਕ ਮਾਰੇ ਜਾਂਦੇ ਅਸੀਂ ਮੰਗੀਏ ਸਾਨੂੰ ਵੀ ਮਤਲਬ ਇਹ ਸਾਰੀ ਜਦੋਂ ਫੈਮਿਲੀ 'ਚ ਬੱਚਾ ਪਲਦਾ ਜਾਂ ਸਾਨੂੰ ਦੇਖਦਾ ਉਹ ਫੋਲੋ ਕਰਦਾ ਤੇ ਮੈਨੂੰ ਲੱਗਦਾ ਜੀ ਕੌਮ ਲਈ ਕਿਸਾਨਾਂ ਲਈ ਕੀ ਕਰ ਰਹੇ ਠੀਕ ਹੈ ਨਾ ਉਹ ਮਸਲੇ ਤੇ ਉਹ ਸਾਡੇ ਨਾਲ ਮਤਲਬ ਐ ਆ ਨੌ ਮਾਸ ਦਾ ਰਿਸ਼ਤੇ ਵਾਂਗੂ ਹੈਗਾ ਡੈਮੋਕ੍ਰੇਸੀ ਹੈਗੀ ਆ ਹੁਣ ਤੁਸੀਂ ਪ੍ਰੈਸ ਹੋ ਤੁਹਾਡੇ ਤੋਂ ਮਾਈਕ ਖੋਲ ਲਿਆ ਜੇ ਤੋੜ ਦਿੱਤਾ ਜਾਵੇ ਤਾਂ ਤੁਸੀਂ ਵੀ ਤਾਂ ਇਕੱਠੇ ਹੋ ਕੇ ਜਾਂਦੇ ਹੋ ਪ੍ਰੈਸ ਬਾਈਕਾਟ ਕਰ ਦਿੰਦੀ ਆ ਸਾਡੇ ਵੀ ਤਾਂ ਹੱਕਾਂ ਦੀ ਗੱਲ ਆ ਅਸੀਂ ਵੀ ਤਾਂ ਫਸਲਾਂ ਦੇ ਵਿੱਚ ਰੋਟੀਆਂ ਖਾ ਕੇ ਪੱਕੇ ਆ ਜਦ ਸਾਡੇ ਹੱਥ ਚਾਰ ਫੈਨ ਆਏ ਨੇ ਅਸੀਂ ਤਾਂ ਆਪਣੇ ਹੱਕ ਮੰਗਦੇ ਆ ਨਾ ਅਸੀਂ ਕਿਸੇ ਦਾ ਕੋਈ ਨੁਕਸਾਨ ਕਰਦੇ ਆ ਨਾ ਕਿਸੇ ਨੂੰ ਕੋਈ ਕਿਤੇ ਕੋਈ ਹਰਟ ਕਰਨ ਦੀ ਕੋਸ਼ਿਸ਼ ਕੀਤੀ ਆਪਣੀਆਂ ਚਾਰ ਗੱਲਾਂ ਨੇ ਚਾਰ ਗੱਲਾਂ ਰੱਖਦੇ ਆ ਆਪਣੇ ਹੱਕ ਮੰਗਦੇ ਆ ਠੀਕ ਹੈ ਨਾ ਹਰ ਇੱਕ ਪਾਰਟੀ ਹਰ ਇੱਕ ਬੰਦਾ ਹੱਕ ਮੰਗਦਾ ਅਸੀਂ ਵੀ ਹੱਕਾਂ ਲਈ ਬੈਠੇ ਆ ਆਈਡੀਅਲ ਨੇ ਜਿਹੜੇ ਜਿਹੜੇ ਯੰਗ ਨੇ ਆਰਟਿਸਟ ਨੇ ਆਈਡੀਅਲ ਨੇ ਫੋਲੋ ਕਰਦੇ ਆ ਲੋਕ ਜਿਹੜੇ ਜੇ ਕੱਪੜੇ ਪਾਵਾਂਗੇ ਕੰਮ ਕਰਾਂਗੇ ਉਹੋ ਜੇ ਹੀ ਮਤਲਬ ਜੋ ਢੰਗ ਕਰਾਂਗੇ ਉਹੋ ਜੇ ਉਹ ਕਰਦੇ ਆ ਫੋਲੋ ਕਰਦੇ ਆ ਜੇ ਲਾਈਨਾਂ ਤੇ ਜਾ ਕੇ ਬੈਠਾਂਗੇ ਤੁਸੀਂ ਮੀਡੀਆ ਸਾਨੂੰ ਕਵਰ ਕਰਦੇ ਹੋ ਉਹ ਲੋਕ ਵੀ ਤਾਂ ਸਮਝਣਗੇ ਵੀ ਸਾਡੇ ਹੱਕ ਮਾਰੇ ਜਾਂਦੇ ਅਸੀਂ ਮੰਗੀਏ ਸਾਨੂੰ ਵੀ ਮਤਲਬ ਇਹ ਸਾਰੀ ਜਦੋਂ ਫੈਮਿਲੀ 'ਚ ਬੱਚਾ ਪਲਦਾ ਜਾਂ ਸਾਨੂੰ ਦੇਖਦਾ ਉਹ ਫੋਲੋ ਕਰਦਾ ਤੇ ਮੈਨੂੰ ਲੱਗਦਾ ਅਸੀਂ ਚੰਗੇ ਗੁਣ ਦੇ ਕੇ ਜਾਈਏ।